ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਸਕਿਨ ਕੇਅਰ ਦੀ। ਸਕਿਨ ਕੇਅਰ ਬਹੁਤ ਪਾਪੂਲਰ ਹੈ ਅੱਜ ਕੱਲ੍ਹ, ਪਰ ਸਾਰੀ ਜ਼ਿਆਦਾ ਤੋਂ ਜ਼ਿਆਦਾ ਪ੍ਰੋਡਕਟਸ ਬਾਜ਼ਾਰੋਂ ਖਰੀਦ ਕੇ ਲਗਾਉਣ ਦੀ। ਯੂ ਨੋ, ਮਾਸਕ ਕਿੰਨੇ ਆਏ ਹੋਏ ਹੈ, ਸਕ੍ਰਬਸ, ਫੇਸ ਵਾਸ਼ਿਸ ਹੈ, ਅਤੇ ਉਹ ਲਾਈਨਾਂ ਦੀ ਲਾਈਨਾਂ ਪੂਰੇ ਪੂਰੇ ਆਏ ਹਰ ਸਟੋਰ ਦੇ ਵਿੱਚ ਪਏ ਹੈ। ਸੋ ਸਪੈਸ਼ਲੀ ਯੰਗ ਗਰਲਸ ਕਿ ਹਾਂਜੀ ਮੈਂ ਬਹੁਤ ਸਕਿਨ ਕੇਅਰ ਕਰਦੀ ਹਾਂ, ਸਵੇਰੇ ਵੀ ਕਰਦੀ ਹਾਂ, ਸ਼ਾਮੀ ਵੀ ਕਰਦੀ ਹਾਂ, ਸੌਣ ਤੋਂ ਪਹਿਲੇ ਕਰਦੀ ਹਾਂ, ਬਟ ਦ ਪ੍ਰੋਡਕਟਸ ਦੇ ਯੂਜ਼ਿੰਗ ਆਰ ਆਲ ਨੋਟ ਨੈਚੁਰਲ। ਹੁਣ ਥੋੜ੍ਹਾ ਚਲਨ ਚੱਲਿਆ ਔਰਗੈਨਿਕ ਦਾ, ਉਹ ਵੀ ਯੂ ਨੋ ਉਹਨਾਂ ਦੀ ਪ੍ਰੋਸੈਸਿੰਗ ਐਂਡ ਆਲ ਡੈਫੀਨੇਟਲੀ ਅਸੀਂ ਸਮਝ ਸਕਦੇ ਹਾਂ ਕਿ ਉਹਦੇ 'ਚ ਵੀ ਕੁਛ ਤਾਂ ਪੈਂਦਾ ਹੋਣਾ। ਸੋ ਦ ਬੈਸਟ ਇਜ਼ ਘਰੋਂ ਕੀ ਚੀਜ਼ ਸਾਨੂੰ ਮਿਲਦੀ ਹੈ ਜਿਹਦੇ ਨਾਲ ਸਾਡੀ ਜਿਹੜੀ ਬੋਡੀ ਦੀ ਸਕਿਨ ਦੀ ਨੈਚੁਰਲ ਰੈਜ਼ਿਸਟੈਂਸ ਜਿਹੜੀ ਹੈ ਉਹ ਵੱਧਦੀ ਹੈ, ਇਮਿਊਨਿਟੀ ਵੱਧਦੀ ਹੈ ਐਂਡ ਸਫਲ ਰਹਿੰਦੀ ਹੈ। ਮੋਇਸਚਰਾਈਜ਼ਿੰਗ ਜਿਸ ਤਰ੍ਹਾਂ ਗੁਰਦੀਪ ਜੀ ਨੇ ਦੱਸਿਆ ਉਹ ਕਿਹਦੇ ਨਾਲ ਰਹਿੰਦੀ ਹੈ, ਇਹ ਸਾਰੇ ਅਸੀਂ ਸ਼ੇਅਰ ਕਰ ਰਹੇ ਹਾਂ। ਔਰ ਜਿਵੇਂ ਜ਼ਿਕਰ ਕਰਾਂ, ਕੁਛ ਕੁਛ ਇਨਗਰੀਡੀਅੰਟਸ 'ਤੇ ਪਤਾ ਲੱਗ ਗਿਆ ਕਿ ਟੂ ਐਨ ਐਕਸਟੈਂਟ ਐਲਰਜਨਸ ਹੈਗੇ ਹੈ, ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਈਵਨ ਕੈਂਸਰ ਕੋਜ਼ਿੰਗ, ਇਨਫਰਟਿਲਿਟੀ ਕੋਜ਼ਿੰਗ ਵੀ ਪ੍ਰੋਡਕਟਸ ਹੈਗੇ ਹੈ ਜਿਹੜੇ ਕਿ ਕੋਸਮੈਟਿਕਸ ਦੇ ਵਿੱਚ ਪਏ ਹੋਏ ਹੈ, ਵਿਚ ਇਜ਼ ਸਰਪ੍ਰਾਈਜ਼ਿੰਗ ਕਿ ਤੁਹਾਨੂੰ ਲੱਗੇਗਾ ਕਿ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ। US ਦੇ ਵਿੱਚ ਰੈਗੂਲੇਸ਼ਨ ਤਾਂ ਜ਼ਰੂਰੀ ਹੈ, ਬਟ ਮੈਂ ਰਿਸਰਚ ਕੀਤੀ ਹੈ, ਰੈਗੂਲੇਸ਼ਨ ਸਭ ਤੋਂ ਸਕਿਮ ਹੈ, ਮਤਲਬ ਬਹੁਤ ਹੀ ਘੱਟ ਰੈਗੂਲੇਸ਼ਨ ਹੈ ਕੋਸਮੈਟਿਕਸ ਦੇ ਉੱਤੇ। ਸੋ ਗਵਰਨਮੈਂਟ ਦੀ ਰੈਗੂਲੇਸ਼ਨ ਔਰ ਉਹ ਜ਼ਿਆਦਾ ਜ਼ਿਆਦਾ ਸਟਿੰਜੀ ਨਹੀਂ ਹੈ, ਜਿਹੜੇ ਯੂ ਨੋ ਜਿਸ 'ਚੋਂ ਲੰਘ ਕੇ ਆਉਂਦੇ ਨੇ ਸਾਡੇ ਕੋਲ, ਜੋ ਪ੍ਰੋਸੈਸਿੰਗ ਹੈਗੀ ਹੈ ਕਿ ਹਾਂ ਕਿਹੜੇ ਕਿਹੜੇ ਉਹਨਾਂ ਨੂੰ ਅਪਰੂਵ ਕਰਨ, ਇਟਸ ਨੋਟ ਡਿਫੀਕਲਟ ਐਟ ਆਲ। ਸੋ ਬੜੀਆਂ ਚੀਜ਼ਾਂ ਉਹ ਸਾਡੇ ਤੱਕ ਪਹੁੰਚ ਜਾਂਦੀਆਂ ਜਿਹੜੀਆਂ ਸ਼ਾਇਦ ਨਹੀਂ ਪਹੁੰਚਣੀਆਂ ਚਾਹੀਦੀਆਂ। ਸੋ ਇਸੇ ਪਿੱਛੇ ਅਸੀਂ ਅੱਜ ਗੱਲ ਕਰ ਰਹੇ ਹਾਂ, ਸ਼ੇਅਰ ਕਰ ਰਹੇ ਹਾਂ, ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਅਰਵਿੰਦ ਜੀ, ਨਮਸਕਾਰ। ਨਮਸਕਾਰ ਸੁਦਰਸ਼ਨ ਜੀ, ਦੱਸੋ। ਅੱਜ ਤੇ ਬੜਾ ਅੱਛਾ ਸਬਜੈਕਟ ਹੈ, ਬੜਾ ਜ਼ਰੂਰੀ ਵੀ ਹੈ। ਤੁਹਾਡੀ ਖੂਬਸੂਰਤੀ ਦਾ ਰਾਜ਼ ਸਾਨੂੰ ਦੱਸੋ। ਆ ਅਰਵਿੰਦ ਜੀ, ਮੈਂ ਸਾਰੀ ਜ਼ਿੰਦਗੀ ਕੋਈ ਮੇਕਅਪ ਨਹੀਂ ਕੀਤਾ। ਅੱਛਾ ਜੀ। ਆਪਣੇ ਟਾਈਮ ਦੇ ਵਿੱਚ ਜਦ ਤੱਕ ਜ਼ਿੰਦਾ ਸਨ, ਮੈਂ ਲਿਪਸਟਿਕ ਹੀ ਸਿਰਫ ਯੂਜ਼ ਕਰਦੀ ਸੀ, ਉਹਦੇ ਬਾਅਦ ਮੈਂ ਉਹ ਵੀ ਸੁੱਟ ਦਿੱਤੀ। ਓ ਤੇ ਮੈਂ ਖਾਲੀ ਬੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ। ਮੇਰਾ ਹੈਗੇ 94 ਈਅਰ ਓਲਡ ਮੇਰੇ ਮਾਸੀ ਜੀ ਨੇ ਦਿੱਲੀ। ਅੱਛਾ ਜੀ। ਮੂੰਹ 'ਚ ਕੋਈ ਦੰਦ ਨਹੀਂ ਹੈ, ਲੇਕਿਨ ਚਿਹਰੇ ਤੇ ਕੋਈ ਚੋਰੀ ਨਹੀਂ ਹੈ। ਵਾਓ, ਅਸੀਂ ਉਹਨਾਂ ਨੂੰ ਹੱਸਦੇ ਹੁੰਦੇ ਹਾਂ, ਮਾਸੀ ਜੀ ਆਪਕੀ ਖੂਬਸੂਰਤੀ ਕਾ ਕਿਆ ਰਾਜ਼ ਹੈ, ਕਹਿੰਦੇ ਤੇਲ ਮਲੋ। ਤੇਲ ਓਇਲ ਸਰ ਕਰਦੇ ਆਪਣੇ ਤੇਲ ਤੂਲ ਮਲ ਕੇ ਮੂੰਹ ਕਿਹੜਾ ਤੇਲ ਕਰਕੇ ਕਿਹੜਾ ਤੇਲ ਮੰਗ, ਮੈਂ ਨਹੀਂ ਦੇਖਿਆ ਉਹਨਾਂ ਨੂੰ, ਇੰਨੇ ਬੁੱਢੇ ਹੋ ਗਏ ਆ। ਹਾਂਜੀ। ਪਰ ਮੇਕਅਪ ਜਿਹੜਾ ਹੈ ਬਾਹਰੋਂ ਵਾਕਈ ਨਹੀਂ ਯੂਜ਼ ਕਰਨਾ ਚਾਹੀਦਾ, ਪਾਊਡਰ ਕਰੀਮਾਂ ਊਟ ਪਟਾਂਗ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਉਸ ਦੇ ਬਾਵਜੂਦ ਤੁਹਾਨੂੰ ਆਪਣੇ ਖਾਣ ਪੀਣ ਦਾ ਬਹੁਤ ਜ਼ਰੂਰ ਖਿਆਲ ਕਰਨਾ ਚਾਹੀਦਾ, ਤੁਸੀਂ ਖਾਂਦੇ ਕੀ ਹੋ। ਬਿਲਕੁਲ ਬਿਲਕੁਲ, ਕਿਉਂਕਿ ਸਕਿਨ ਵਾਸਤੇ ਅੱਜ ਮੈਂ ਇੱਕ ਸ਼ੋਅ ਸੁਣ ਰਹੀ ਸੀ ਤੇ ਉਹਨੇ ਲਿਖਵਾਇਆ ਔਰ ਮੈਂ ਲਿਖ ਲਿੱਤਾ ਤੇ ਅੱਛਾ ਕੰਮ ਆਏਗਾ, ਤੁਸੀਂ ਸਾਰੇ ਲੋਕ ਵੀ ਨੋਟ ਕਰ ਲਓ। ਇਹ ਖਾਲੀ ਸਕਿਨ ਵਾਸਤੇ ਜੂਸ ਹੈ। ਅੱਛਾ। ਕਿ ਤੁਸੀਂ ਬੀਟਰੂਟ ਲੈਣਾ ਅੱਧਾ ਜੀ, ਔਰ ਖੀਰਾ ਛਿਲਕਾ ਸਮੇਤ ਅੱਧਾ ਲੈਣਾ। ਓਕੇ। ਅਦਰਕ ਦਾ ਛੋਟਾ ਜਿੰਨਾ ਪੀਸ, ਅੱਧਾ ਇੰਚ ਕਾਫੀ ਹੈ ਜੀ। ਸੈਲਰੀ ਪੱਤੇ ਸਮੇਤ, ਪੱਤਿਆਂ ਵਾਲੀ ਵੀ ਮਿਲਦੀ ਹੈ ਸੈਲਰੀ, ਇੱਕ ਸੈਲਰੀ ਪੱਤੇ ਸਮੇਤ। ਹਾਂਜੀ। ਤੇ ਪੁਦੀਨੇ ਦੇ ਥੋੜੇ ਜਿੰਨੇ ਪੱਤੇ। ਓਕੇ। ਇਹ ਤੁਸੀਂ ਜੂਸ ਬਣਾ ਲਓ, ਫਿਰ ਉਹਦੇ ਬਾਅਦ ਨਿੰਬੂ ਨਿਚੋੜੋ ਤੇ ਉਹਨੂੰ ਰੋਜ਼ ਪੀਓ। ਉਹ ਤੇ ਮਤਲਬ ਕਹਿ ਰਹੇ ਸਨ, ਜਿਹੜੀ ਲੇਡੀ ਆਈ ਸੀ ਆਪਣਾ ਸਕਿਨ ਦੇ ਉੱਤੇ ਦੱਸ ਰਹੀ ਸੀ, ਉਹ ਕਹਿੰਦੇ ਸੀ ਤੁਸੀਂ ਐਟਲੀਸਟ 7 ਦਿਨ ਪੀ ਕੇ ਰੋਜ਼ ਦੇਖੋ। ਵਾਓ, ਸਾਰੀਆਂ ਚੀਜ਼ਾਂ ਪੂਰੀ ਚੀਜ਼ ਨਹੀਂ ਹੈ। ਬਿਲਕੁਲ ਬਿਲਕੁਲ, ਸਾਰੀਆਂ ਚੀਜ਼ਾਂ ਐਕਚੁਅਲੀ ਐਂਟਾਈਨ ਬਣਾ ਕੇ ਦੇਖੋ। ਤੁਸੀਂ ਜਿਹੜੀਆਂ ਚੀਜ਼ਾਂ ਦੱਸ ਰਹੇ ਹੋ ਦੇ ਆਰ ਵੈਰੀ ਗੁੱਡ ਫॉर ਬਲੱਡ, ਬੀਟਰੂਟ ਹੋ ਗਈ, ਜਿੰਜਰ ਐਂਟੀਆਕਸੀਡੈਂਟਸ ਐਂਡ ਐਂਟੀਇਨਫਲੇਮੇਟਰੀ ਹੈ। ਸੋ ਮਿੰਟ ਯੂ نو ਬਹੁਤ ਫ੍ਰੈਸ਼ਨਿੰਗ ਹੈਗੀ ਹੈ ਐਨੀਵੇਜ਼। ਸੋ ਅਦਰਕ ਬਹੁਤ ਠੀਕ ਹੈ, ਇਨਫਲੇਮੇਟਰੀ ਹੈ। ਹਾਂਜੀ। ਖੀਰਾ ਬਿਲਕੁਲ ਠੀਕ ਹੈ। ਰਾਈਟ। ਇਹਨਾਂ ਤੋਂ ਥੋੜੀ ਜਿਹੀ ਫ੍ਰੈਸ਼ਨੈਸ ਦੇ। ਉਹ ਵੀ ਬਲੀਚ ਵੀ ਕਰਦਾ ਹੈ। ਹਾਂਜੀ। ਇਹ ਵਿਟਾਮਿਨ ਸੀ ਹੈ, ਥੋੜਾ ਉਹ ਨਿਚੋੜੋ। ਬਣਾ ਕੇ ਦੇਖੋ, ਬਣਾ ਕੇ ਦੇਖੋ, ਪੀ ਕੇ ਦੇਖੋ। ਜੀ ਜੀ। ਦੂਸਰਾ, ਮੈਂ ਜਿਹੜਾ ਆਪਣਾ ਰੋਜ਼ਮਰਾ ਜੀ ਯੂਜ਼ ਕਰਨੀ ਹੈ ਅਰਵਿੰਦ, ਇੱਕ ਮੈਂ 2 ਚਮਚ ਦੁੱਧ ਲੈਂਦੀ ਹਾਂ। ਹਾਂਜੀ। ਔਰ ਉਹਦੇ 'ਚ ਮੈਂ ਕਾਟਨ ਜਿਹੜੇ ਆਪਣੇ ਮਿਲਦੇ ਨੇ, ਬਾਲ ਜਿਹੜੇ ਮਿਲਦੇ ਨੇ, ਉਹਨੂੰ ਮੈਂ ਭਿਗੋ ਦਿੰਦੀ ਹਾਂ ਜੀ। ਉਹਦੇ 'ਚ ਮੈਂ 1 ਚਮਚ ਸ਼ਹਿਦ ਪਾਇਆ, 1 ਸ਼ੀਸ਼ੇ ਦੀ ਕਟੋਰੀ 'ਚ ਮੈਂ ਬਣਾ ਲੈਂਦੀ ਹਾਂ। ਅੱਛਾ। 2-3 ਚਮਚ ਦੁੱਧ ਔਰ ਸ਼ਹਿਦ 1 ਚਮਚ ਪਾ ਕੇ, ਤੇ ਉਹ 2-3 ਦਿਨ ਚੱਲ ਜਾਂਦਾ ਮੇਰਾ। ਅੱਛਾ। ਬਸ ਉਹਨੂੰ ਨਹਾਉਣ ਕੋਲੋਂ ਪਹਿਲੇ ਆਪਣਾ ਟੈਪ ਲਗਾ ਲਿੱਤਾ, ਜਿਸ ਵੇਲੇ ਡਰਾਈ ਹੋ ਗਿਆ ਨਹਾਉਣ ਦੇ ਬਾਅਦ ਧੋ ਲਿਆ। ਫਿਰ ਫ੍ਰਿਜ ਵਿੱਚ, ਫ੍ਰਿਜ ਵਿੱਚ ਰੱਖਦੇ ਹੋ? ਆਈ ਡੋਂਟ ਸੀ ਮੀ ਪਰਸਨਲੀ, ਪਰ ਮੇਰੇ ਵੀ 82 ਸਾਲ ਦੀ ਉਮਰ 'ਚ ਕੋਈ ਜੁਰੀਆਂ ਨਹੀਂ ਹਨ ਅਜੇ। ਆਈਵ ਸੀਨ ਯੂਰ ਪਿਕਚਰਸ, ਆਈ ਐਮ ਟੋਟਲੀ ਇੰਪ੍ਰੈਸਡ। ਸੋ ਫ੍ਰਿਜ ਵਿੱਚ ਰੱਖਦੇ ਹੋ ਉਹਨੂੰ, ਉਸ ਮਿਕਸਚਰ ਨੂੰ ਫ੍ਰਿਜ ਵਿੱਚ ਰੱਖਦੇ ਹੋ ਬਿਕੋਜ਼ ਇਟ ਹੈਜ਼ ਮਿਲਕ? ਨਹੀਂ, ਮੈਂ ਬਾਥਰੂਮ ਵਿੱਚ ਹੀ ਰੱਖ ਦਿੰਦੀ ਹਾਂ 2 ਦਿਨ। ਮੈਂ 2 ਦਿਨ ਰੱਖ ਦਿੰਦੀ ਹਾਂ, 2 ਦਿਨ 'ਚ ਕੋਈ ਹਰਜ ਨਹੀਂ ਹੁੰਦਾ। ਅੱਜ ਕੱਲ੍ਹ ਮੌਸਮ ਠੀਕ ਹੈ, ਘਰ 'ਚ ਏਅਰ ਕੰਡੀਸ਼ਨਡ ਹੈ। ਰਾਈਟ ਰਾਈਟ। ਜੇ ਰੱਖ ਦਿਓ ਤਾਂ ਰੱਖ ਦਿਓ, ਐਸੀ ਕੋਈ ਗੱਲ ਨਹੀਂ। ਜੀ ਜੀ ਜੀ। ਉਹ ਆਲਸ ਹੁੰਦਾ, ਕੱਲੋਂ ਜਾਵਾਂ ਫਿਰ ਚੁੱਕਾਂ, ਇਸ ਕਰਕੇ ਮੈਂ ਰਾਈਟ ਭੁੱਲ ਜਾਂਦਾ ਬੰਦਾ। ਠੀਕ ਹੈ ਠੀਕ ਹੈ, ਬਹੁਤ ਵਧੀਆ।
ਜੀ ਜੀ ਨਾ ਲਗਾਓ ਤੁਸੀਂ ਥੈਂਕ ਯੂ so much ਬਹੁਤ ਬਾਕੀ ਨੂੰ ਸੁਣਨੇ ਹੋ ਲਿਖਨੇ ਹਾਂਜੀ ਬਿਲਕੁਲ ਬਿਲਕੁਲ ਡਾਇਰੀ ਲੈ ਕੇ ਬੈਠੇ ਹਾਂ ਬਹੁਤ ਵਧੀਆ ਸੁਦਰਸ਼ਨ ਜੀ ਥੈਂਕ ਯੂ so much ਸੋ ਬੜੀਆਂ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ ਤੁਸੀਂ ਪੀ ਸਕਦੇ ਹੋ ਬਿਕੋਜ਼ ਯੂ نو ਅੰਦਰ ਤੇ ਜਾਏ ਕੁਝ ਜਿਹੜਾ ਹੈ ਈਵਨ ਸਕਿਨ ਤੇ ਲਗਾਉਣ ਵਾਸਤੇ ਜਿਹੜੀਆਂ ਚੀਜ਼ਾਂ ਦੱਸ ਰਹੇ ਖੀਰਾ ਯੂ نو ਉਹ ਬਹੁਤ ਮਿੰਟ ਐਂਡ ਸਪੈਸ਼ਲੀ ਆਇਲਸ ਜਿਹੜੇ ਨੈਚੁਰਲ ਆਇਲਸ ਹੈ ਕਹਿੰਦੇ ਨੇ ਕਿ ਸਾਡਾ ਜਿਹੜਾ ਕੋਕੋਨਟ ਆਇਲ ਹੈ ਏਜ ਓਲਡ ਸਾਡੇ ਚੱਲ ਰਿਹਾ ਮਸਟਰਡ ਆਇਲ ਔਰ ਕੋਕੋਨਟ ਆਇਲ ਬਹੁਤ ਸਾਰੀਆਂ ਚੀਜ਼ਾਂ ਹੈ ਬੜੇ ਸਾਰੇ ਸਪੋਟਸ ਨੂੰ ਤੁਹਾਡੇ ਕੋਈ ਯੂ نو ਐਕਨੇ ਦਾ ਨਿਸ਼ਾਨ ਰਹਿ ਗਏ ਹੈ ਕੋਈ ਚੋਟ ਦੇ ਨਿਸ਼ਾਨ ਰਹਿ ਗਏ ਹੈ ਅਸੀਂ ਹਮੇਸ਼ਾ ਦੇਖਿਆ ਮਤਲਬ ਖੁਦ ਐਕਸਪੀਰੀਅੰਸ ਹੈ ਕਿ ਕੋਕੋਨਟ ਆਇਲ ਨਾਲ ਉਹਦਾ ਫੇਡ ਹੋ ਜਾਂਦਾ ਹੈ ਦਾਗ ਜਿਹੜਾ ਹੈ ਸੋ ਅਗਰ ਉਹ ਹੋ ਸਕਦਾ ਤਾਂ ਡੈਫੀਨੇਟਲੀ ਹੋਰ ਬੜੀਆਂ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ ਇਹਦੇ ਵਿੱਚ ਕੁਆਲਿਟੀਜ਼ ਹੈ ਸੋ ਕੋਕੋਨਟ ਆਇਲ ਬੜੇ ਸਾਰੇ ਆਇਲਸ ਹੈ ਜਿਹੜੇ ਕਿ ਡਿਫਰੈਂਟ ਡਿਫਰੈਂਟ ਉਹਨਾਂ ਦੇ ਟੀ ਟ੍ਰੀ ਆਇਲ ਤੁਸੀਂ ਸੁਣਿਆ ਹੋਣਾ ਦੈਟ ਹੈਜ਼ ਅ ਲੋਟ ਆਫ ਬੈਨੀਫਿਟਸ ਲੈਟ ਮੀ ਟੇਕ ਅ ਕਾਲ ਫਸਟ ਐਂਡ ਦੈਨ ਵਿਲ ਸ਼ੇਅਰ ਹੈਲੋ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਬਰਿੰਦਰ ਬੋਲ ਰਿਹਾ ਥੈਂਕ ਯੂ ਫੋਰ ਕਾਲਿੰਗ ਬਰਿੰਦਰ ਜੀ ਦੱਸੋ ਕੀ ਕਹਿੰਦੇ ਹੋ ਅੱਜ ਅਸੀਂ ਦੱਸ ਰਹੇ ਹਾਂ ਹਾਂਜੀ ਭਾਵੇਂ ਸਾਡਾ ਆਪਣਾ ਨੁਕਸਾਨ ਹੋ ਜਾਏ ਉਹ ਕਿਵੇਂ ਉਹ ਇੱਦਾਂ ਹੈ ਕਿ ਤਵਚਾ ਇੰਨੀਆਂ ਮੁਲਾਇਮ ਕਰ ਲੈਂਦੀਆਂ ਕਿ ਹੱਥੋਂ ਫਿਸਲ ਜਾਂਦੀਆਂ ਅੱਛਾ ਠੀਕ ਹੈ ਓਕੇ ਅੱਛਾ ਦੇਖੋ ਗੱਲ ਇਹ ਹੈ ਕਿ ਇਹ ਜਿਹੜੀ ਦਹੀਂ ਇੱਕ ਬੜੀ ਅੱਛੀ ਚੀਜ਼ ਹੈ ਦਹੀਂ ਤੇ ਹਲਦੀ ਇਹ ਮਿਲਾ ਕੇ ਤੁਸੀਂ ਆਪਣੇ ਜਿਸਮ ਤੇ ਲਾਓ ਅਸੀਂ ਭੁੱਖ ਕਹਿੰਦੇ ਵਟਣਾ ਨਵੀਂ ਵਿਆਹੀ ਨੂੰ ਤੁਸੀਂ ਬਿਲਕੁਲ ਕਰ ਦਿਓ ਯਾ ਗਲੋ ਆ ਜਾਂਦੀ ਹੈ ਹਾਂਜੀ ਹਾਂਜੀ ਲੇਕਿਨ ਨੁਕਸੇ ਤਾਂ ਬਥੇਰੇ ਲੋਕੀ ਦੱਸ ਰਹੇ ਨੇ ਆ ਵੀ ਰਹੇ ਨੇ ਕਈ ਚੰਗੇ ਵੀ ਨੇ ਜੀ ਲੇਕਿਨ ਦੇਖੋ ਮੈਂ ਕਹਿਣਾ ਕਿ ਅਸੀਂ ਇੱਕ ਚੀਜ਼ ਨੂੰ ਪਕੜ ਕੇ ਉਹਨੂੰ ਓਵਰਡੂ ਕਰ ਸਕਦੇ ਹਾਂ ਉਹ ਖਤਰਨਾਕ ਕੰਮ ਹੈਗਾ ਦੈਟਸ ਵੈਰੀ ਰਾਈਟ ਵੈਰੀ ਟਰੂ ਹਾਂਜੀ ਤੇ ਸਾਨੂੰ ਚਾਹੀਦਾ ਕਿ ਉਪਰੋਂ ਦੇ ਇਲਾਵਾ ਇਹਨੂੰ ਅੰਦਰੋਂ ਦੀ ਇੰਨੀ ਗਰੋ ਲਿਆਈਏ ਸਕਿਨ ਦੀ ਜਿਵੇਂ ਪੌਦਿਆਂ ਨੂੰ ਤੁਸੀਂ ਪਾਣੀ ਜੜਾਂ ਤੇ ਦਿੰਦੇ ਹੋ ਨਾ ਕਿ ਪੱਤਿਆਂ ਤੇ ਦਿੰਦੇ ਹੋ ਜੀ 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 ਤੇ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਇਹ ਤੁਹਾਡੀ ਤਵਚਾ ਨੂੰ ਬਹੁਤ ਸਾਫਟ ਕਰਦੀ ਹੈ ਬਿਲਕੁਲ ਹਾਂਜੀ ਤੇਲ ਲਾਣਾ ਅੱਛਾ ਹੈ ਲੇਕਿਨ ਤੇਲ ਨਾਲ ਮੁਸ਼ਕ ਆਉਂਦੀ ਤੇ ਤੁਹਾਨੂੰ ਦੇਖਣਾ ਪਏਗਾ ਤੁਸੀਂ ਕਿਹੜਾ ਤੇਲ ਲਾਉਂਦੇ ਹੋ ਔਰ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ ਜੀ ਬਿਲਕੁਲ ਤੇਲ ਨਾਲ ਲਾਓ ਤੇਲ ਖਾਣਾ ਅੱਛਾ ਹੈ ਅੱਛਾ ਖਾਣਾ ਜਿਸ ਤਰ੍ਹਾਂ ਤੁਸੀਂ ਕੋਕੋਨਟ ਦੇ ਸੋਰੀ ਮਸਟਰਡ ਆਇਲ ਦੇ ਵਿੱਚ ਕੁਕਿੰਗ ਕਰਦੇ ਨੇ ਕੇਰਲਾ ਚ ਤਾਮਿਲਨਾਡੂ ਚ ਬੰਗਾਲ ਚ ਇਹਨਾਂ ਦੀ ਸਕਿਨ ਬੜੀ ਸਾਫਟ ਹੁੰਦੀ ਔਰ ਉਹਦੇ ਨਾਲ ਇਹ ਵੀ ਹੁੰਦਾ ਹੈ ਕਿ ਤੁਹਾਡੇ ਵਾਲ ਕਾਲੇ ਔਰ ਲੰਬੇ ਹੁੰਦੇ ਨੇ ਔਰ ਉਹ ਚਿੱਟੇ ਬਹੁਤ ਦੇਰ ਦੇ ਬਾਅਦ ਆਉਂਦੇ ਨੇ ਜੀ ਜੀ ਹੁਣ ਸਮੱਗਰੀ ਇਕੱਠੀ ਕਰਨੀ ਮਿਕਸਚਰ ਤਿਆਰ ਕਰਨਾ ਉਹਦੇ ਚ ਟਾਈਮ ਲੱਗਦਾ ਹੈਗਾ ਪ੍ਰਿਪਰੇਸ਼ਨ ਲੱਗਦੀ ਅੱਜ ਕੱਲ ਇੱਕ ਹੈ ਫਾਸਟ ਮੂਵਮੈਂਟ ਦਾ ਕੰਮ ਹੈ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਘਰੋਂ ਜਿਹੜੀ ਸਮੱਗਰੀ ਅਵੇਲੇਬਲ ਹੈ ਜੀ ਉਹ ਸਿੱਧਾ ਇੱਕ ਆਟਾ ਤੇ ਦੇਸੀ ਘਿਓ ਆਟਾ ਤੇ ਦੇਸੀ ਘਿਓ ਔਰ ਮੇਰੀ ਦੋਨੋਂ ਭੈਣਾਂ ਵਟਣਾ ਉਹਨੂੰ ਕਹਿੰਦੇ ਉਹ ਮਲਦੀਆਂ ਹੁੰਦੀਆਂ ਸਨ ਬੇਸਨ ਹਾਂਜੀ ਹਾਂਜੀ ਉਹ ਮਲ ਕੇ ਤੇ ਬਹਿ ਜਾਂਦੀਆਂ ਸਨ ਫਿਰ ਜਦੋਂ ਉਹ ਰਗੜ ਰਗੜ ਕੇ ਉਤਾਰਦੀਆਂ ਸਨ ਉਹ ਚੌਲਾਂ ਦੇ ਦਾਣੇ ਵਾਂਗਰ ਉਹ ਖਿੜਪਣ ਨਿਕਲਦੇ ਸੀ ਅਸੀਂ ਉਹ ਚੱਕ ਕੇ ਇਕੱਠੇ ਕਰਨੇ ਫਲੋਰ ਤੋਂ ਉਹਦੇ ਨਾਲ ਬੋਲਾਂ ਬਣਾਉਣੀਆਂ ਤੇ ਖੇਡਣਾ ਅੱਛਾ ਉਹ ਜਿਹੜੇ ਫਲੋਰ ਤੋਂ ਤੁਸੀਂ ਚੱਕਦੇ ਹੋ ਆਟਾ ਉਹ ਜਿਹੜਾ ਸੀਮੈਂਟ ਦਾ ਫਲੋਰ ਹੈ ਉਹ ਵੀ ਚਿਕਨਾਹਟ ਔਰ ਚਮਕ ਜਾਂਦਾ ਜੇ ਸੀਮੈਂਟ ਦਾ ਫਲੋਰ ਚਮਕ ਜਾਵੇ ਤੇ ਤੁਹਾਡੀ ਤਵਚਾ ਆਪਣੇ ਆਪ ਚਮਕੇਗੀ ਤੇ ਇਹ ਬਹੁਤ ਜ਼ਰੂਰੀ ਹੈ ਇਹ ਘਰ ਦਾ ਨੁਕਸਾ ਹੈਗਾ ਘਰ ਚ ਹੋ ਸਕਦਾ ਹੈਗਾ ਤੁਹਾਨੂੰ ਇਹਦੇ ਚ ਟਾਈਮ ਨਹੀਂ ਲੱਗਦਾ ਤੁਸੀਂ ਐਵਰੀ ਡੇ ਵੀ ਕਰ ਸਕਦੇ ਹੋ ਸ਼ਾਮ ਨੂੰ ਜਿਸ ਵੇਲੇ ਟਾਈਮ ਮਿਲੇ ਉਸ ਵੇਲੇ ਕਰ ਲਓ ਵੀਕ ਡੇ ਚ ਕਰ ਲਓ ਇਹ ਬਹੁਤ ਸਵਾਦ ਅੱਛਾ ਹੈ ਹੁਣ ਖਾਣ ਪੀਣ ਦੇ ਵਿੱਚ ਤੁਸੀਂ ਮੀਟ ਨਹੀਂ ਖਾਣਾ ਮੀਟ ਬਹੁਤ ਘੱਟ ਕਰੋ ਕਿਉਂਕਿ ਉਹਦੇ ਨਾਲ ਚਮੜੀ ਮੋਟੀ ਹੋ ਜਾਂਦੀ ਹੈ ਤੁਸੀਂ ਸਬਜ਼ੀਆਂ ਵਗੈਰਾ ਜਿਹੜੀਆਂ ਖਾਂਦੇ ਹੋ ਉਹਦੇ ਨਾਲ ਤੁਹਾਨੂੰ ਪਾਣੀ ਵੀ ਮਿਲਦਾ ਹੈਗਾ ਹੈਲਥ ਫਾਈਬਰ ਵੀ ਰਹਿੰਦੀ ਹੈ ਔਰ ਉਹ ਤੁਹਾਨੂੰ ਅੰਦਰੋਂ ਗਲੋ ਲਿਆਉਂਦੀ ਹੈ ਤੇ ਇਹ ਜਿਹੜੀਆਂ ਲੋਕਲ ਚੀਜ਼ਾਂ ਹੈ ਇਹ ਆਈ ਥਿੰਕ ਦੀਜ਼ ਆਰ ਦਾ ਬੈਸਟ ਕਿਉਂਕਿ ਤੁਸੀਂ ਤਵਚਾ ਨੂੰ ਫੀਡ ਕਰਨਾ ਅੰਦਰੋਂ ਬਿਲਕੁਲ ਤਾਂ ਉੱਥੋਂ ਬਾਹਰ ਨਿਕਲੇਗਾ ਨਹੀਂ ਤਾਂ ਉਹ ਉੱਪਰੋਂ ਕਰਦੇ ਰਹੋਗੇ ਤਾਂ ਕੈਮੀਕਲ ਰਿਐਕਸ਼ਨ ਹੁੰਦੇ ਨੇ ਤੁਹਾਡੀ ਬੋਡੀ 'ਚ ਹੋਰ ਪ੍ਰੋਬਲਮ ਆ ਸਕਦੀਆਂ ਫਿਰ ਤੁਹਾਡੇ ਕੋਲ ਸਮਾਂ ਹੈ ਨਹੀਂ ਸੋ ਇਟਸ ਕੀਪ ਇਟ ਸਿੰਪਲ ਕੀਪ ਇਟ ਗਲੋਇੰਗ
वेरी गुड, थैंक यू सो मच. आई थिंक वी मस्ट टेक ऑल हिज एडवाइस, क्योंकि गार्डनर यू नो ही टेक्स केयर ऑफ प्लांट्स सो मच, मतलब आम वाकड़ नहीं, ही गोज इन टू डिटेल्स. सो आई थिंक आई टेक हिज वर्ड इन दैट के अंदरों जड़ा है वो बहुत जरूरी है कि पानी. और मैंने एक होर गल तो इन्हों की याद आया, जिस कहने कि कोई भी चीज़ एक्सेस च ना करिए. एक कुड़ी की गल पिछे मिली तो कह रहे कि पानी सगा भी पानी बहुत पीना है पानी, तो दोनों दिन मैं दो दो गैलन पानी पीता एंड शी कोलैप्स्ड. सो की है कि या एक होर भी सारे बैठे से वो कहते मैं भी पिछे यही किया है कि एक बोतल रख ली कोल, हर थोड़ी देर बाद माइंडलैसली मैं सिप करी जा रही थी, बॉटल भर रही थी दोबारा सिप कर रही थी. सो ओवर पानी पीना घट ही होंगे, असं घट ही पीते हैं, सो चांसिस घट हैं कि साड़ा ओवर जाए. बट जस्ट इन केस मैं याद करा रही हूँ कि कोई भी चीज़ की असी नवी नवी ऑब्सेशन होंगी है ना कि पानी पीना है, वो दोनों कुड़ियाँ कोलैप्स कीती हैं, क्योंकि सॉल्ट लेवल इन्ना घट जाता है फिर बॉडी का कि तुसी वो नहीं कर सकते. एंड दूजी पानी की गल जी फूड के नेड़े मील्स के नेड़े गल की सी, वो भी जरूर गुरदीप जी ने कि वह भी डिस्टेंस रखने का फायदा यही है, क्योंकि साढ़े जोड़े एंजाइम्स है वो डायल्यूट हो जाते हैं तो डायजेशन नहीं चंकी होंगी फिर. सो और डायजेशन और स्किन का इन्ना ज़्यादा लिंक हैगा, एकदम जोड़ा इंपैक्ट हैगा डायजेशन ना अच्छी होने का. तुम अक्सर देखा होना है कि किसी न स्टमक अगर अपसैट हैगा तो सीधा स्किन के उत्ते एक्ने और होर इरीटेशन कोई भी जड़िया दिखती हैं. सो लैट मी टेक अ शॉर्ट ब्रेक, तुम भी कॉल जरूर करो, गल् इसी तरह जारी रखा.